अस्सलाम वालेकुम बीबा, क्या हाल है? ठीक हो तो बीएस या ठीक है? उम्मीद करें ना सारे दोस्त खैर खरीयत नाल होसो। साहब तो पहले तो तुसा करो चैनल को सब्सक्राइब ते पीछे करो सो। आज दी मजेदार वीडियो शुरू ते बीबा राजा साहब तुसा दे पोसो के शाम थी गई है ते शाम दे टाइम ना अपने जेड़े हैं ना सारे अपने मुर्गे तुसा दे पोसो। इथे ठाफा मची पई है सोने ते सुहागा कुकड़ा ते देखो ही की कुकड़ ना इतनी कीमत है के थोको हुन दसेसु ते ए हुन शाम दे टाइम ना असन नाश्ता इना दा केट चीज नाल करेने है थोको ए सारा कोई दसेसु ते असन सादे नाल रामणा है ते इनु दादा जी इने कोल पुछदे है के जेड़ा शाम दे टाइम ते नाश्ता करेंदा ना कितना करेंदा है केड़ी शे नाल ते दादा जी तुसा दसो के जेड़ी तुसा शाम दे टाइम खतेंदे हो ना ओ सा को दसो चा इवें शाम दे टाइम असा को पिछले टाइम को बाद जगह गते ने ते पानी नलके तू ताजा का दे ना हिक्की हिक्की दूजी दी वार इना को जड़ा ने 10 प्रेम दी गोली पानी सट गते तेरा मशीन दा कैप्सूल पानी सट गत्या नजले जुकाम तू ए बच्चे रांदे क्यों सर्दी दी मौसम में सर्दी दा ने को बुखार थिंदे थजा पानी तू ने पोता रोग गया जेका ढेर सावन खाधी तो ताने को सर्दी महसूस थी गई सर्दी नाल बुखार थी गया बस वाते ए जेल पिछले टाइम को बाजरा अगले टाइम को बाजरे का नाश्ता पानी ताजा माशाल्लाह फिर इन दिशे अब ठीक ना दे ठीक है। हाँ तो हिट की दूजी दिमाग पानी के बीच तेरा माइस इंटर कैप्सूल जोल दिता ਤੇ ਨੈਵਲ ਜੀਨ ਦੀ ਗੋਲੀ ਹੈ ਜਿਹੜੀ ਮਤਲਬ ਹੈ ਪਾਣੀ ਉਬਾਲ ਕੇ ਖਾ ਕੇ ਉਹ ਰਹਿੰਦੀ ਹੈ ਉਹ ਜਿਹੜਾ ਨਾ ਮਤਲਬ ਹੈ ਸਾਡੀ ਕੀ ਨਜ਼ਰੇ ਜ਼ੁਕਾਮ ਬੁਖਾਰ ਤੋਂ ਬਿਲਕੁਲ ਬਿਹਤਰੀਨ ਦਾ ਠੀਕ ਹੈ ਜਿਹੜੀਆਂ ਤੋਂ ਗੋਲੀਆਂ ਦਸੇਂਦਾ ਖਣਾ ਯਾਨੀ ਕਿ ਕੈਪਸੂਲ ਇਸ ਪੰਜਾ ਤੋਂ ਦੇਂਦੇ ਪਓ ਕਿ ਇਹ ਜਿਹੜੇ ਕੁੱਕੜ ਨੇ ਨਾ ਸਰਦੀਆਂ ਦੇ ਮੌਕੇ ਬਿਮਾਰ ਨਾ ਥੀਵੇਂ ਹਾਂ ਤੇ ਇਸੇ ਵਾਸਤੇ ਇੱਕ ਨਾ ਕੈਪਸੂਲ ਦੇ ਵਿੱਚ ਦਵਾਈਆਂ ਦੀ ਵਿੰਦੀ ਹੈ ਕਿਉਂਕਿ ਅੱਜ ਕੱਲ ਸਰਦੀਆਂ ਦਾ ਮੌਸਮ ਹੈ ਇਤਨੀਆਂ ਸਰਦੀਆਂ ਕਿ ਕੁੱਕੜ ਨੇ ਜਿਹੜੇ ਇਹਨਾਂ ਬਿਮਾਰ ਥੀਵਣ ਦੇ ਢੇਰ ਚਾਂਸ ਹੋਣੇ ਤੇ ਮਾ ਦਾਦਾ ਜੀ ਨਾ ਇੱਕ ਦੂਜੇ ਦੀ ਕੈਪਸੂਲ ਦਿੱਤੀ ਰੱਖਦਾ ਹੈ ਤੇ ਹੁਣ ਤੱਕ ਕੁਝ ਸਹੀ ਨੇ ਕਿ ਵਿਦਾਮ ਦਾਦੇ ਕੋਲ ਪੁੱਛਦੇ ਆ ਕਿ ਵਿਦਾਮ ਕਿਤਨੇ ਗਤੇ ਦੇ ਸ਼ਾਮ ਦੇ ਟਾਈਮ ਤੇ ਦਾਦਾ ਜੀ ਵਿਦਾਮ ਕਿਤਨੇ ਗਤੇ ਦੇ ਉਸੋਂ तकरीबन 10 ਤੋਂ 12 ਗੁਲੀਆਂ ਮਤਲਬ ਹੈ ਕਿ ਉਹ ਹੇਲੋਕ ਥਾ ਖੜੇ ਨੂੰ ਪਹਿਲੇ ਥੋੜਾ ਥੋੜਾ ਤੂੰ 5-6 ਗੁਲੀਆਂ ਤੂੰ ਹੇਲੋਕ ਕੀਤਾ ਸਵੇਰ ਦੇ ਟਾਈਮ ਤੇ ਬਾਬ ਪੋਸ਼ਣ ਵਿਦਾਮਨ ਜਿਹੜੇ ਉਹ ਠੱਡੇ ਹੁੰਦੇ ਐਨਾ ਕੁਤਰਾ ਕੀਤਾ ਵਿਦਾਮਨ ਦਾ ਸਵੇਰ ਦੇ ਖਵਾ ਦਿੱਤੇ ਥੋੜੇ ਤੇ ਸ਼ਾਮ ਦੇ ਟਾਈਮ ਪਾਣੀ ਸ਼ਾਣੀ ਪੀਤੀ ਖੜਾ ਹੋਇਆ ਬਾਅਦ ਦੇ ਵਿੱਚ ਜਿਹੜਾ ਨਾ 10 ਗੁਲੀਆਂ ਉੱਥੇ ਖਵਾ ਦੇਣੇ ਵਿਦਾਮ ਦੀ ਕੌੜੇ ਮਿੱਠੇ ਚੱਖ ਕੇ ਵਾਲ ਜਿਹੜਾ ਸਰਦੀ ਦਾ ਮੌਸਮ ਹੈ ਤੀਜੀ ਵਾਰ ਚੌਥੀ ਵਾਰ ਚਾਰ ਕੁੱਕਰ ਅੰਡੇ ਦੇਵਣਾ ਪਾਉਂਦਾ ਦਿਲ ਕਰੇ ਤੇ ਮਾਖੀ ਦੇਸੀ ਜਿਵੇਂ ਕਤਰੇ ਪਾ ਕੇ ਦੇ ਹਲ ਕਰਕੇ ਤਾਂ ਡਰਾਪਰ ਨਾਲ ਜਿਹੜੇ ਨੇ ਉਹ ਦੇ ਦਿੱਤਾ ਜਿਹੜੇ ਉਹ ਸ਼ਾਮ ਦੇ ਟਾਈਮ ਕੁੱਕਰ ਦਾ ਬਾਹਰ ਦਾ ਟਾਈਮ ਥੀ ਵੀ ਨਹੀਂ ਜਾਂ ਪਾਣੀ ਤਾਣੀ ਪੀ ਮਨ ਤੂੰ ਰੁਕ ਵੀ ਨਹੀਂ ਅੰਧਾਰਾ ਥੀ ਵੀ ਨਹੀਂ ਉਹ ਵੇਲੇ ਕੁੱਕਰ ਆਪਣੀ ਮਸਤੀ ਦੇ ਵਿੱਚ ਫੁਰ ਰਹੇ ਉਹਨੂੰ ਖੁਰਾਕ ਖਾਂਦੇ ਰਹਿ ਰਹੇ ਧੰਮੀ ਕੋ ਸਵੇਰ ਨਾਲ ਤਾਜ਼ਾ ਪਾਣੀ ਦਾ ਫੋਰਾ ਮਾਰ ਦਿੱਤਾ ਫਿਰ ਆ ਕੇ ਪੁੱਛਣ ਦੇ ਹੇਠੂ ਮੂੰਹ ਤੇ ਬਾਬਾ ਕੁੱਕਰ ਦੀ ਵੱਲ ਛੋੜ ਦਿੱਤਾ ਤੁਰੇ ਫਿਰੇ ਆਜ਼ਾਦ ਗਿਨਾ ਵੱਲ ਜਿਹੜੇ ਸੁੱਕ ਵੰਜੇ ਹੁੰਦਾ ਜਿਸ ਪਾਣੀ ਤਾਣੀ ਤਾਂ ਵੱਲ ਉਹਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਉਹ ਕਟੋਰਾ ਫੇਰਾ ਤੇਰ ਦੇ ਟਾਈਮ ਵਿੱਚ ਮਤਲਬ ਜਿਹੜੇ ਫੁਆਰ ਦਿੱਤੀ ਉਂਗਲੇ ਟੋਰਾ ਕੰਮ ਤੋਂ ਕੰਮ ਹੀ 10 ਮਿੰਟ ਤੋਂ 15 ਮਿੰਟ ਤੱਕ ਟੋਰਾ ਦੇਣੇ 10 ਤੋਂ 15 ਮਿੰਟ ਤੱਕ ਜਿਹੜੇ ਟੋਰਾ ਖਾ ਖੜੋ ਬਾਤੂ ਝੱਟ ਸਾਈ ਸ਼ਾਇਦ ਨਿਕਲੀ ਪਾਤਸ਼ਾਹ ਉਹ ਛੰਡੇ ਛੁੱਟੇ ਜਿਹੜੇ ਸੁੱਕ ਗਿਆ ਵੱਲ ਉਹਦੀ ਮਾਲਿਸ਼ ਸ਼ੁਰੂ ਕੀਤੀ ਤਾਂ ਚਾਰ ਕੁੱਕਰ ਦਾ ਇਹ ਹੈ ਦੂ ਚਾਰ ਵਾਰੀ ਤ੍ਰੈ ਵਾਰੀ ਦੂ ਤਿੰਨ ਵਾਰੀ ਰਾਤ ਨੂੰ ਉੱਤੇ ਫੜਕਾਉਣਾ ਚਾਹੀਦਾ ਜੋ ਕੁੱਕਰ ਆਪਣੀ ਵਜੂਹਾ ਕੰਟਰੋਲ ਕਰ ਲੈਂਦੇ ਕੁਝੀ ਰਹਿੰਦੇ ਮਜ਼ਬੂਤੀ ਆ ਜਾਂਦੀ ਹੈ ਫੜਕਣ ਨਾਲ ਕੁੱਕਰ ਤਿਆਰ ਥੀ ਲੈਂਦੇ ਕੁਝ ਵਜੂਦ ਪੱਕਾ ਪੇਜਾ ਕਰ ਲੈਂਦੇ ਕੁਝ ਵਧਣੀ ਹੋਵੇ ਤਾਂ ਵਜੂਦ ਘਟਾ ਲੈਂਦੇ ਠੀਕ ਹੈ ਜੀ ਤੇ ਹੁਣ ਸਭ ਕੁਝ ਕੁੱਕਰ ਦਿਖੇ ਨੇ ਜਿਹੜੇ ਇਹਨਾਂ ਦੇ ਨਾ ਇਵੇਂ ਸੋਨੇ ਤੇ ਸਵਾਗਤ ਰੱਖ ਕੇ ਨਾ ਤੇ ਇਵੇਂ ਚੁਗਦੇ ਪੈਣ ਤੇ ਇੱਕ ਇੱਕ ਕੁੱਕਰ ਦੀ ਕੀਮਤ ਹੈ ਤੁਹਾਨੂੰ ਦੇ ਦੇ ਪਾਸੋ ਕਿ ਜਿਹੜੀ ਕੀਮਤ ਹੈ ਨਾ ਤੁਸੀਂ ਆਪ ਯਾਰ ਹੈਰਾਨ ਤੀ ਬੈਸੋ ਇਵੇਂ ਸਮਝੋ ਕਿ ਸੋਨੇ ਤੇ ਨਾ ਸਵਾਗਤ ਆ ਕੇ ਇਹ ਦੇਖੋ ਜੀ ਇੱਕ ਇੱਕ ਕੁੱਕਰ ਤੇ ਕਿਤਨੇ ਕੁੱਕਰ ਠੀਕ ਹਨ ਵੀ ਵਾ ਤੁਹਾਨੂੰ ਮਜ਼ੇ ਦੀ ਗੱਲ ਸਾਂ ਨਾ ਜਿਹੜੇ ਕੁੱਕੜ ਹੈ ਨਾ ਆਮ ਛੋਟੇ ਛੋਟੇ ਚੂਚੇ ਹਨ ਪੈ ਉਹ ਆਪਣੇ ਜਿਹੜੇ ਘਰ ਦੇ ਨਾ ਆਪਣੇ ਦੋਸਤਾਂ ਦੇ ਤੇ ਦਾਦੇ ਦੀ ਦੋਸਤੀ ਗਏ ਤੇ ਉੱਥੇ ਵੀ ਰੱਖੀ ਪਿਆ ਤੇ ਬਹੁਤ ਜ਼ਿਆਦਾ ਕੁੱਕੜ ਨੇ ਇਹ ਮੈਂ ਸਮਝ ਕਿਨੋ ਕਿ ਫਾਰਮ ਹੈ ਦਾਦਾ ਜੀ ਤੁਸੀਂ ਦੱਸੇ ਸੋ ਕਿ ਜਿਹੜੇ ਕੁੱਕੜ ਰੱਖੀ ਪਏ ਨੇ ਤੁਸੀਂ ਉਹ ਯਾਨੀ ਕਿ ਕਿਤਨੇ ਟੋਟਲ ਤੁਹਾਡੇ
बाहरी रखी पाए ना वो दसो जेडे अजाना दे पठे आए वदन ओ मैं कहे मतलब है अपनी बच्ची दे घर छोड़ दिते कहे दोस्त दे घर छोड़ दिते यके कवर नहीं थी जेडे शौकीन आदमी है नमे नमे उना दे घर छोड़े ओ अपना दाना पानी बड़े ख्याल दे नाल पैंदे उना दे घर बाहर छोड़ दे यके जेडा ने मतलब है ते हुन वेड़ा है वेड़े दे विच मिठू भी मार नहीं उना ठीक यो करना है वखरा कमरे में रे दे इस कमरा डिठो सी अंदर मतलब है जाल भी खड़े थे टोकरे भी पाए थे लोहे दे सारा खाता पे ओ अंदर करे ने ते तकरीबन मेरे कुकर 15-16 तो पट्ठे जड़े दाना ते कई दाना देंदे खड़े ते दूसरा घर वदन थे दूसरा दे नाल भतीजे उन्हां दे घर छोड़े के कुकर अपने पांच दो घर खड़े त्रा अच्छा जेन के जेडे सारे इकट्ठे करो ना ये जेडी तेरी हवेली है सारी ये जेन के फुल थी काम 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 चौका में पंजी तू त्री हैं मेरे को पंजी त्री रे हां पंजी चलो बात भी ढेर सारे ने यार हां आजकल एक कुकर दे 50,000 कीमत ते ओ एक कुकर दी 50,000 कीमत लाओ हां यार तो सब दसो जा कमेंट बॉक्स 50,000 लड़े वीडियो की कीमत होंगी जरा पेड़ बढ़िया खड़ा हो ते जेने पठन मतलब चेक शुदा भिड़ा के देते ओ अगले मोहब्बती को आदे रुपया 10,000 गिनतू जेड़ा ताड़े चंगा कुकुर है ओ घिधी आउन के नाल तपा के उड़ा के वालू को तरसली थी देंदी है मेरे जो इतनी पावर दा कुकुर है ते ई मेरे कुकर दे नाल बराबर करके ते छोड़ के मैं कुड़ी खा दिते सी वाल ओ वाल पैसे ता भरे दे आन दिखे दे को नहीं भरेंदा पेड़ वध्या खड़ा होवे तो बात पीछे चंगा थे के बाद वंजे तो लाख रुपया ही एक रू पेड़ वध्या खड़ा होवे तो जे चंगा थे के पेड़ बाद वंजे तो उंदा 50,000 रुपया 40,000 रुपया आम कीमत दू त्रा मिनट ते विच वधे और चंगे किले छल के ते मार के वधे अच्छा हुन तेरा कुकड़ पता खड़ा इवें समय क्या ए तेरे जेड़े चूचे है ना ओ टिकटा ने बिकदे पे चुगदे पिया ए चुगदे पैन कुकड़े निकल गया बाहर कुछ नहीं कुछ निकल गया बाहर ओ सावल सावल होंदी है ना ओ चुगन गए दिन क्योंकि कुछ कर छुड़े ने कुछ जड़े हैं ना खास साडे खास यानी के अंधे डाक छुड़े ने ए हिन जी साडे खास जड़े थोड़ी जना आम यानी आम रूटीन दे हिन पैना ओ असा बाहर छोड़ देने ते हुन असा इना तंग नहीं सकरेंदे ये देखो जी दादा जी भी चुगंदा खड़े थे असम भी बहने